ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਮੁੰਡੀ ਬੁਟੀਕ ਦੇ ਵਿੱਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੱਲੇ ਦੀ ਕਢਾਈ ਵਾਲੀ ਸਲਵਾਰ ਦੀ ਕਟਿੰਗ ਕਰਾਂਗੇ। 40 ਇੰਚ ਸਲਵਾਰ ਦੀ ਲੰਬਾਈ ਹੈ, 3 ਇੰਚ ਘਟਾ ਕੇ ਆਪਾਂ ਨੇ 37 ਇੰਚ ਪੱਲੇ ਦੀ ਕਟਿੰਗ ਕੀਤੀ ਆ। ਹੁਣ ਜਿੰਨਾ ਵੀ ਕਢਾਈ ਹੈ ਆਪਣੇ ਕੋਲ ਉਹਦਾ ਸਾਰੀ ਦਾ ਅੱਧ ਕਰ ਲੈਣਾ, ਜੋ ਵੀ ਆਪਣੀ ਮੂਰੀ ਆ ਉਹਨੂੰ ਉਸੇ ਅੱਧ 'ਚ ਰੱਖ ਲੈਣਾ, ਜਾਣੀ ਕਿ 6 ਇੰਚ ਆਪਣੀ ਮੂਰੀ ਉਹਦਾ ਡਬਲ ਕਰਕੇ 12 ਆ, 6 ਨੂੰ ਆਪਾਂ ਨੇ ਸੈਂਟਰ 'ਚ ਰੱਖ ਕੇ ਇੱਦਾਂ ਜਿੰਨਾ ਵੀ ਸਾਈਡ ਤੋਂ ਕੱਪੜਾ ਬਚਿਆ ਉਹਦੇ 'ਤੇ ਆਪਾਂ ਨੇ ਇੱਦਾਂ 2-2 ਇੰਚ ਦਾ ਕੱਪੜਾ ਬਚਿਆ ਉਹ ਮੈਂ 2-2 ਇੰਚ 'ਤੇ ਨਿਸ਼ਾਨ ਲਗਾ ਲਏ। ਹੁਣ 2 ਇੰਚ ਤੋਂ ਬਾਅਦ ਆਪਾਂ ਨੇ ਇੱਥੇ 12 ਇੰਚ 'ਤੇ ਨਿਸ਼ਾਨ ਲਗਾਉਣੇ ਆ। ਇਸ ਤਰੀਕੇ ਨਾਲ ਤੁਸੀਂ ਇਹ ਪੱਲੇ ਦੀ ਕਟਿੰਗ ਕਰ ਸਕਦੇ ਹੋ। ਜੋ ਆਪਣਾ ਸਾਈਡ 'ਤੇ ਕੱਪੜਾ ਬਚਿਆ ਉਸਦੀ ਆਪਾਂ ਨੇ ਬੈਲਟ ਦੀ ਕਟਿੰਗ ਕਰ ਲੈਣੀ। ਹੁਣ ਆਪਣੀ ਇੱਥੇ ਜੋ ਬੈਲਟ ਦੀ ਚੌੜਾਈ ਹੈ ਉਹ 23 ਇੰਚ ਹੈ, ਉਸਦੀ ਕਟਿੰਗ ਕਰ ਲਿਓ। ਇੱਥੇ ਜੋ ਬੈਲਟ ਦੀ ਲੰਬਾਈ ਹੈ ਉਹ 6.25 ਇੰਚ ਹੋਊਗੀ। ਇੱਥੇ ਜੋ ਜ਼ਿਆਦਾਤਰ ਆਪਾਂ ਜਦੋਂ ਸਲਵਾਰ ਕਟਿੰਗ ਕਰਦੇ ਹਾਂ ਤਾਂ 4 ਇੰਚ ਘਟਾਉਂਦੇ ਹਾਂ, ਇੱਥੇ ਬੈਲਟ ਛੋਟੀ ਪਾਉਣੀ ਹੈ, ਸੋ ਤਾਂ ਕਰਕੇ ਪੱਲਿਆਂ ਦੀ ਜੋ ਲੰਬਾਈ ਹੈ 1 ਇੰਚ ਵੱਧ ਕਟਿੰਗ ਕਰੀ ਆ। ਹੁਣ ਕੁੰਦੇ ਕਟਿੰਗ ਕਰਾਂਗੇ। ਕੁੰਦੇ ਕਟਿੰਗ ਕਰਨ ਦੇ ਲਈ ਦੋਨੋਂ ਕੰਨਿਆਂ ਨੂੰ ਆਪਸ ਦੇ ਵਿੱਚ ਮਿਲਾ ਕੇ ਇੱਦਾਂ ਕੱਪੜੇ ਦੀਆਂ 4 ਤਹਿਾਂ ਲਗਾ ਲੈਣੀ। ਸੋ ਇੱਦਾਂ ਕਰਕੇ ਇਹ ਆਪਣਾ ਕੱਪੜਾ ਇਸ ਤਰ੍ਹਾਂ ਇਹਨੂੰ ਸੈੱਟ ਕਰ ਲਿਓ। ਸਿਲਾਈ ਦੇ ਟਿਪਸ ਐਂਡ ਟ੍ਰਿਕਸ ਸ਼ੋਰਟ ਦੇ ਵਿੱਚ ਦੇਖਣ ਦੇ ਲਈ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ। 37 ਇੰਚ ਦੇ ਪੱਲੇ ਕਟਿੰਗ ਕੀਤੇ ਆ ਅਤੇ 37 ਇੰਚ ਆਪਾਂ ਨੇ ਇੱਥੇ ਕੁੰਦਿਆਂ ਦੇ ਨਿਸ਼ਾਨ ਲਾ ਲਿਆ। ਇਸ ਸਾਈਡ ਨੂੰ ਤੁਸੀਂ 1.5 ਇੰਚ ਵੀ ਰੱਖ ਸਕਦੇ ਹੋ ਅਤੇ 2 ਵੀ। ਜਿੰਨਾ ਕੱਪੜਾ ਤੁਹਾਡਾ ਟੋਟਲ ਬਚਦਾ ਪੱਲੇ ਕਟਿੰਗ ਕਰਨ ਤੋਂ ਬਾਅਦ ਉਹਦਾ ਸਾਰੇ ਦਾ ਅੱਧ ਕਰ ਲਿਓ। ਸੈਂਟਰ ਵਾਲੇ ਪਾਰਟ ਨੂੰ ਅਤੇ ਜਿੱਥੇ ਆਪਾਂ ਨੇ 37 ਇੰਚ ਦਾ ਨਿਸ਼ਾਨ ਲਗਾਇਆ ਉਹ ਦੋਨੋਂ ਨਿਸ਼ਾਨਾਂ ਨੂੰ ਆਪਸ ਵਿੱਚ ਤਿਰਛਾ ਮਿਲਾ ਦੇਣਾ। ਉੱਪਰਲੀ ਸਾਈਡ 11 ਇੰਚ ਆਪਾਂ ਨੇ ਆਸਣ ਰੱਖ ਕੇ 2 ਪੱਲੇ ਚੱਕ ਕੇ ਉੱਪਰੋਂ ਸਿਰਫ 2 ਤਹਿਾਂ ਚੱਕ ਕੇ ਕੱਪੜੇ ਦੀ ਕਟਿੰਗ ਕਰ ਦੇਣੀ। ਸੇਮ ਦੂਜੇ ਪਾਸੇ ਹੁਣ ਇਹਨੂੰ ਕੱਪੜੇ ਨੂੰ ਪਿੱਛੇ ਹਟਾ ਦੇਣਾ ਅਤੇ ਇਸ ਸਾਈਡ ਤੋਂ ਵੀ 37 ਇੰਚ ਰੱਖ ਕੇ ਇਸ ਸਾਈਡ ਨੂੰ 2 ਇੰਚ ਰੱਖ ਕੇ ਅਤੇ ਆਪਾਂ ਨੇ ਇੱਦਾਂ ਦੋਨਾਂ ਨਿਸ਼ਾਨਾਂ ਨੂੰ ਤਿਰਛਾ ਮਿਲਾ ਕੇ ਉੱਪਰਲੀ ਸਾਈਡ 11 ਇੰਚ ਰੱਖ ਕੇ ਇਸ ਕੁੰਦੇ ਦੀ ਵੀ ਕਟਿੰਗ ਕਰ ਦੇ। ਜਦੋਂ ਤੁਸੀਂ ਇੱਥੇ ਕੁੰਦੇ ਕਟਿੰਗ ਕਰੋਗੇ ਤਾਂ ਇਹ ਧਿਆਨ ਰੱਖਿਓ ਜਿਹੜਾ 37 ਇੰਚ ਦਾ ਨਿਸ਼ਾਨ ਕੁੰਦਿਆਂ 'ਤੇ ਲਾਉਣਾ, ਇੱਕ ਵਾਰੀ ਹੇਠਾਂ ਵਾਲੀ ਸਾਈਡ ਲਾਉਣਾ ਅਤੇ ਇੱਕ ਵਾਰੀ ਉੱਪਰ ਵਾਲੀ ਸਾਈਡ। ਤੁਹਾਨੂੰ ਮੇਰਾ ਸਮਝਾਉਣ ਦਾ ਤਰੀਕਾ ਵਧੀਆ ਲੱਗਦਾ, ਪਲੀਜ਼ ਲਾਈਕ ਸ਼ੇਅਰ ਅਤੇ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਸੋ ਇਹ ਆਪਣੀ ਹੁਣ ਕੁੰਦਿਆਂ ਦੀ ਅਤੇ ਪੱਲਿਆਂ ਦੀ ਕਟਿੰਗ ਹੋ ਗਈ। ਹੁਣ ਇੱਥੇ ਆਪਾਂ ਨੇ 1.5 ਜਾਂ 2 ਇੰਚ ਦੀ ਕਾਟ ਪਾਉਣੀ ਆ। ਜ਼ਿਆਦਾ ਸਟਰੇਟ ਰੱਖਣੀ ਹੈ ਤਾਂ 2 ਇੰਚ ਦੀ ਕਾਟ ਪਾ ਦਿਓ, ਘੱਟ ਰੱਖਣੀ ਹੈ ਤਾਂ 1.5 ਇੰਚ ਦੀ ਕਾਟ ਪਾ ਕੇ ਇੱਦਾਂ ਤਿਰਛੀ ਕਟਿੰਗ ਕਰ ਦਿਓ। ਇਹ ਸਿਰਫ ਪੱਲਿਆਂ ਦੇ ਵਿੱਚ ਕਾਟ ਜ਼ਿਆਦਾ ਪੈਂਦੀ ਹੈ, ਕੁੰਦਿਆਂ ਦੇ ਵਿੱਚ ਇੰਨੀ ਕਾਟ ਘੱਟ ਨਹੀਂ ਪੈਂਦੀ। ਹੁਣ ਆਪਾਂ ਸਿਲਾਈ ਕਰਾਂਗੇ। ਜਿਹੜੇ ਸਲਵਾਰ ਦੇ ਕੁੰਦੇ ਨੇ ਆਪਣੇ ਆਸਣ ਵਾਲੀ ਸਾਈਡ ਤੋਂ, ਹੁਣ ਉਸਦੀ ਆਪਾਂ ਨੇ ਇੱਦਾਂ ਸਿਲਾਈ ਕਰ ਲੈਣੀ। ਅਤੇ ਇਹ ਵਾਲੀ ਜਿਹੜੀ ਸਿਲਾਈ ਹੈ ਬੈਕ ਸਾਈਡ 'ਤੇ ਤੁਸੀਂ ਚਾਹੋ ਦੂਜੇ ਪਾਸੇ ਨੂੰ ਕਰ ਦਿਓ, ਚਾਹੇ ਇਸ ਸਾਈਡ ਨੂੰ ਕਰਕੇ ਇੱਥੇ ਕੱਪੜੇ ਦੇ ਉੱਤੇ ਦਾਮੀ ਸਿਲਾਈ ਲਗਾ ਦਿਓ। ਇਸ ਵੀਡੀਓ ਦੇ ਵਿੱਚ ਮੈਂ ਬਹੁਤ ਹੀ ਵਿਸਥਾਰਪੂਰਵਕ ਸਲਵਾਰ ਦੀ ਸਿਲਾਈ ਅਤੇ ਕਟਾਈ ਦੱਸੀ ਹੈ। ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਕਰਿਓ ਅਤੇ ਸ਼ੇਅਰ ਕਰਿਓ। ਜਿਹੜੇ ਬੱਚੇ ਨਵੇਂ ਨੇ ਸਿਲਾਈ ਦੇ ਵਿੱਚ, ਜਿਹੜੀਆਂ ਭੈਣਾਂ, ਉਹਨਾਂ ਦੇ ਲਈ ਇਹ ਵੀਡੀਓ ਬਹੁਤ ਜ਼ਿਆਦਾ ਮਦਦਗਾਰ ਹੋਊਗੀ। ਹੁਣ ਆਪਾਂ ਨੇ ਇੱਥੇ 1 ਪੱਲਾ ਲੈਣਾ, ਉਹਨੂੰ 1 ਕੁੰਦੇ ਦੇ ਨਾਲ ਅਟੈਚ ਕਰ ਦਿੱਤਾ। ਹੁਣ ਇੱਥੇ ਜਿਹੜਾ ਦੂਜਾ ਕੁੰਦਾ ਹੈ, ਇਸੇ ਕੁੰਦੇ ਦੇ ਨਾਲ ਆਪਾਂ ਨੇ ਦੂਜਾ ਪੱਲਾ ਅਟੈਚ ਕਰਨਾ, ਜਾਣੀ ਕਿ ਆਪਣੇ 2 ਕੁੰਦੇ ਨੇ ਅਤੇ ਦੂਜਾ ਪੱਲਾ ਦੂਜੇ ਕੁੰਦੇ ਦੇ ਨਾਲ ਅਟੈਚ ਕਰ ਦਿੱਤਾ। ਹੁਣ ਮੈਂ ਤੁਹਾਨੂੰ ਇਹ ਕੱਪੜਾ ਵਿਛਾ ਕੇ ਦਿਖਾ ਦਿੰਦੀ ਹਾਂ। ਇਹ ਦੇਖੋ, ਇਹ ਸੈਂਟਰ ਦੇ ਵਿੱਚ ਆਪਾਂ ਨੇ ਪਹਿਲਾਂ ਦੋਨੇ ਕੁੰਦੇ ਅਟੈਚ ਕਰੇ ਆਪਸ ਦੇ ਵਿੱਚ, ਫਿਰ ਇਹੀ ਦੋਨੇ ਕੁੰਦਿਆਂ ਦੇ ਨਾਲ ਦੋਨੋਂ ਪੱਲੇ ਅਟੈਚ ਕਰ ਲਏ, 1 ਇਸ ਸਾਈਡ ਕਰ ਲਿਆ ਅਤੇ ਦੂਜਾ ਦੂਜੀ ਸਾਈਡ। ਹੁਣ ਜਿਹੜਾ 1 ਕੁੰਦਾ ਰਹਿ ਗਿਆ ਆਪਣਾ, ਉਹਨੂੰ ਵੀ ਇਹਦੇ ਨਾਲ ਅਟੈਚ ਕਰਕੇ ਇਹ ਸਿਲਾਈਆਂ ਕੰਪਲੀਟ ਕਰ ਲੈਣੀ। ਇਹ ਸਲਵਾਰ ਆਪਣੀ ਰੈਡੀ ਹੋ ਗਈ। ਇੱਥੇ ਆਪਾਂ ਨੇ ਪੱਲੇ ਨੂੰ ਸੈਂਟਰ ਦੇ ਵਿੱਚ ਰੱਖਦੇ ਹੋਏ ਦੋਨੇ ਕੁੰਦੇ ਅਟੈਚ ਕਰ ਲਏ ਨੇ ਅਤੇ ਇੱਦਾਂ ਪੱਲੇ ਦੀਆਂ ਦੋਨੋਂ ਸਿਲਾਈਆਂ ਨੂੰ ਫੜ ਕੇ ਇੱਦਾਂ ਸੈਂਟਰ ਕਰ ਲੈਣਾ ਅਤੇ ਇੱਥੇ 3 ਜਾਂ 3.5 ਇੰਚ ਦੀ 1 ਸਿਲਾਈ ਲਗਾਉਣੀ ਆ।
ਇਹ ਸਿਲਾਈ ਆਪਾਂ ਨੇ ਤਾਂ ਲਗਾਉਣੀ ਹੈ ਜਦੋਂ ਆਪਾਂ ਪ੍ਰੈਸ ਕਰੂੰਗੇ ਤਾਂ ਇਸ ਸਿਲਾਈ ਤੋਂ ਫੜ ਕੇ ਆਪਾਂ ਸਲਵਾਰ ਦੀ ਕਰੀਜ ਬਣਾ ਸਕਦੇ ਹਾਂ। 3.5 ਇੰਚ ਦੀ ਹੈ, ਇਹਨੂੰ ਆਪਾਂ ਨੇ ਇੱਦਾਂ ਰੱਖ ਲੈਣਾ। ਹੁਣ ਕੋਈ ਵੀ ਕੁੰਦਾ ਲੈਣਾ ਚਾਹੇ ਜਿਹੜਾ ਮਰਜ਼ੀ, ਅਤੇ ਇੱਦਾਂ ਆਪਾਂ ਨੇ ਉਸਦੇ 2 ਵਾਲ ਪਾਉਣੇ ਨੇ। ਇਹ 1.5 ਇੰਚ ਦੇ ਵਾਲ ਨੇ, ਤੁਸੀਂ ਇੱਥੇ ਘੱਟ ਵੱਧ ਵੀ ਕਰ ਸਕਦੇ ਹੋ ਕੱਪੜੇ ਦੇ ਹਿਸਾਬ ਨਾਲ, 1 ਇੰਚ ਦਾ ਵੀ ਪਾ ਸਕਦੇ ਹੋ, ਇਹ ਵਾਲ 2 ਇੰਚ ਦਾ ਵੀ ਪਾ ਸਕਦੇ ਹੋ। ਹਰ ਇੱਕ ਬੰਦੇ ਦਾ ਕੱਪੜਾ ਸਿਲਾਈ ਕਰਨ ਦਾ ਆਪਣਾ ਤਰੀਕਾ ਹੁੰਦਾ, ਮੈਂ ਤੁਹਾਡੇ ਨਾਲ ਆਪਣਾ ਤਰੀਕਾ ਸ਼ੇਅਰ ਕਰ ਰਹੀ ਹਾਂ। ਇਹ ਆਪਣੇ ਵਾਲ ਬੈਕ ਸਾਈਡ ਕੰਪਲੀਟ ਹੋ ਗਏ ਨੇ। ਹੁਣ ਇੱਥੇ 1-1 ਇੰਚ ਦਾ ਨਿਸ਼ਾਨ ਲਾ ਲੈਣਾ। ਵਾਲ ਪਾਉਣ ਤੋਂ ਪਹਿਲਾਂ ਜੀ ਆਪਾਂ ਇੱਥੇ ਬੈਲਟ ਤਿਆਰ ਕਰਾਂਗੇ। ਬੈਲਟ ਤਿਆਰ ਕਰਨ ਦੇ ਲਈ ਸੇਮ ਉਸੇ ਤਰ੍ਹਾਂ ਪ੍ਰੋਸੈਸ ਆ ਜੀ, ਆਪਾਂ ਨੇ ਸਿੰਪਲ ਸਿਲਾਈ ਲਗਾਉਣੀ ਆ। ਸਿਲਾਈ ਲਗਾ ਕੇ ਇਸ ਉੱਤੇ 1 ਦਬਵੀਂ ਸਿਲਾਈ ਲਗਾ ਦੇਣੀ, ਅਤੇ ਜਿਹੜੇ ਨੇਫੇ ਵਾਲੀ ਸਾਈਡ ਬਣਾਉਣਾ ਹੈ ਉੱਥੇ ਆਪਾਂ ਨੇ 1.5 ਇੰਚ ਛੱਡ ਕੇ ਸਿਲਾਈ ਨਹੀਂ ਕਰਨਾ, ਉੱਥੇ ਚਿੜੀ ਬਣਾਉਣੀ ਆ। ਸਿੱਧਾ ਚਿੜੀ ਨੂੰ ਇੱਦਾਂ ਫੋਲਡ ਨਹੀਂ ਕਰਨਾ, ਕੱਪੜੇ ਨੂੰ ਫੋਲਡ ਕਰਕੇ ਉਸ ਤੋਂ ਬਾਅਦ ਚਿੜੀ ਬਣਾਉਣੀ ਆ। ਇੱਦਾਂ ਕਰਕੇ ਇਹ ਆਪਣੀ ਜਿਹੜੀ ਚਿੜੀ ਦੀ ਬਹੁਤ ਹੀ ਫਿਨਿਸ਼ਿੰਗ ਦੇ ਵਿੱਚ ਬਣੂਗੀ। ਹੁਣ ਇਹਨੂੰ ਇੱਦਾਂ ਫੋਲਡ ਕਰ ਦੇਣਾ ਅਤੇ ਆਪਣੀ ਬੈਲਟ ਤਿਆਰ ਕਰ ਲੈਣੀ। ਇਹ ਆਪਣੀ ਬੈਲਟ ਕੰਪਲੀਟ ਹੋ ਚੁੱਕੀ ਆ। ਪ੍ਰੋਪਰ ਸਾਰਾ ਕੱਪੜਾ 1 ਬਰਾਬਰ ਹੀ ਫੋਲਡ ਕਰਨਾ ਹੈ, ਕੋਈ ਵੀ ਅੱਗੇ ਪਿੱਛੇ ਨਹੀਂ। ਤੁਸੀਂ ਇਵੇਂ ਜਿਵੇਂ ਜਿਵੇਂ ਤੁਸੀਂ ਫੋਲਡ ਕਰੀ ਜਾਓਗੇ ਉੱਦਾਂ ਦਾ ਤੁਹਾਡਾ ਕੱਪੜਾ ਆਟੋਮੈਟਿਕਲੀ ਫੋਲਡ ਹੁੰਦਾ ਜਾਊਗਾ। ਬੈਲਟ ਤਿਆਰ ਹੋ ਗਈ, ਹੁਣ ਇਸਦਾ ਸੈਂਟਰ ਕਰ ਲੈਣਾ। ਇਹ ਬੈਲਟ ਹੈਗੀ ਹੈ ਜੀ 23 ਇੰਚ ਦੀ, ਇਹਦਾ ਸੈਂਟਰ ਦੇ ਵਿੱਚ ਇੱਦਾਂ ਕੱਟ ਲਗਾ ਲੈਣੇ ਦੋਨੋਂ ਸਾਈਡ, ਨੇਫੇ ਵਾਲੀ ਸਿਲਾਈ ਨੂੰ ਅਤੇ ਦੂਜੀ ਜਿਹੜੀ ਬੈਕ ਸਾਈਡ ਵਾਲੀ ਹੈ, ਦੋਨੋਂ ਸਿਲਾਈ ਨੂੰ ਆਪਸ ਵਿੱਚ ਰੱਖ ਕੇ ਉਸ ਤੋਂ ਬਾਅਦ ਬੈਲਟ ਦੇ ਵਿੱਚ ਕੱਟ ਲਾ ਲਿਓ। ਹੁਣ ਜਿਹੜੇ 2 ਵਾਲ ਪਾਏ ਨੇ ਉੱਥੇ ਬੈਕ ਸਾਈਡ 'ਤੇ ਰੱਖ ਕੇ ਆਪਾਂ ਨੇ ਇਹਦਾ ਬੈਲਟ ਅਟੈਚ ਕਰਨੀ ਆ। ਇਹ ਜਿੱਥੇ ਤੱਕ ਆਪਾਂ ਨੇ ਕੱਟ ਲਾਇਆ ਜੀ ਉੱਥੇ ਤੱਕ ਇਹ ਬੈਲਟ ਅਟੈਚ ਕਰ ਦੇਣੀ, ਦੂਜੇ ਪਾਸੇ ਵੀ ਸੇਮ ਇਸੇ ਤਰੀਕੇ ਨਾਲ ਹੀ ਕਰ ਦੇਣਾ। ਹੁਣ ਇਸ 'ਤੇ ਵਾਲ ਪਾਉਂਗੇ ਜੀ, ਜਿੱਥੇ ਆਪਾਂ ਨੇ 1 ਇੰਚ ਦੇ ਨਿਸ਼ਾਨ ਲਗਾਏ ਅਤੇ ਉੱਥੇ ਆਪਾਂ ਨੇ ਸੂਈ ਨੂੰ ਇੱਦਾਂ ਰੱਖ ਲੈਣਾ। ਮਸ਼ੀਨ ਦੀ ਇੱਦਾਂ ਆਪਾਂ ਨੇ ਇੱਕ ਨਿਸ਼ਾਨੀ ਬਣਾ ਲੈਣੀ ਵੀ ਤੁਸੀਂ ਕਿੱਥੋਂ ਕੱਪੜਾ ਚੱਕਣਾ। ਮੈਂ ਇਸ ਲਾਈਨ ਤੋਂ ਕੱਪੜਾ ਚੱਕੂੰਗੀ ਅਤੇ ਇੱਦਾਂ ਕਰਕੇ ਵਾਲ ਪਾ ਲੈਣੇ 1, 2, 3। ਇਹ ਸਿਰਫ 3 ਟੱਪਿਆਂ ਦੇ ਵਾਲ ਹੋਣਗੇ। ਸਾਰੇ ਵਾਲ 1 ਬਰਾਬਰ ਰੱਖਿਓ, 1 ਵੀ ਟੱਪਾ ਵੱਧ ਘੱਟ ਨਹੀਂ ਹੋਣਾ ਚਾਹੀਦਾ। ਜੇ ਤੁਸੀਂ 3 ਟੱਪਿਆਂ ਨਾਲ ਵਾਲ ਪਾ ਰਹੇ ਹੋ ਤਾਂ 3 ਨਾਲ ਹੀ ਪਾਇਓ। ਇੱਥੇ ਜੋ ਮੇਰਾ ਵਾਲ ਪਾਉਣ ਦਾ ਤਰੀਕਾ ਉਹ ਇਹ ਹੈ, ਜਿਵੇਂ ਸਾਡੀ ਬੈਲਟ ਆ 23 ਇੰਚ ਦੀ ਹੈ ਤਾਂ ਮੈਂ ਇੱਥੇ 18 ਵਾਲ ਪਾਊਂਗੀ, ਉਹ 'ਚੋਂ 5 ਘਟਾ ਕੇ। ਹਰ ਇੱਕ ਬੰਦਾ ਆਪਣੇ ਤਰੀਕੇ ਨਾਲ ਵਾਲ ਪਾਉਂਦਾ, ਕਈ ਮਿਣ ਕੇ ਪਾਉਂਦੇ ਨੇ, ਮੈਂ ਇੱਥੇ ਵਾਲ ਗਿਣ ਕੇ ਪਾਊਂਗੀ। ਇਹ ਸਭ ਤੋਂ ਸੌਖਾ ਤਰੀਕਾ ਹੈ ਭੈਣਾਂ ਨੂੰ ਸਮਝਾਉਣ ਦਾ। ਜਿਹੜਾ ਸੈਂਟਰ ਵਾਲੀ ਆਪਾਂ ਨੇ ਸਿਲਾਈ ਲਗਾਈ ਆ ਉਹ ਵਾਲ ਆਪਣਾ 12ਵੇਂ ਨੰਬਰ 'ਤੇ ਆਉਣਾ ਚਾਹੀਦਾ। ਹਰ ਵਾਲ ਦੀ ਜੋ ਚੌੜਾਈ ਆ ਉਹ 1/2 ਇੰਚ ਦੀ ਹੈ। ਜੋ ਮਸ਼ੀਨ ਦਾ ਬਖੀ ਆ ਉਹ 3.1 ਇੰਚ ਦਾ ਹੈ। ਜਿਹੜਾ ਇਹ ਵਾਲਾ ਵਾਲ ਹੈ, ਇਹ ਮੈਂ ਹਰ ਇੱਕ ਦਾ 12ਵੇਂ ਨੰਬਰ 'ਤੇ ਹੀ ਪਾਉਂਦੀ ਹਾਂ। ਇਹ ਵਾਲ ਜੋ ਸੈਂਟਰ ਵਾਲੀ ਕਰੀਜ਼ ਦਾ, ਇਹ 12ਵੇਂ ਨੰਬਰ 'ਤੇ ਹੁੰਦਾ, ਜਾਂ ਕਹਿ ਲਓ ਇਹ 6.25 ਇੰਚ 'ਤੇ ਹੁੰਦਾ, ਜੇ ਮੈਂ ਤੁਹਾਨੂੰ ਮਿਣ ਕੇ ਦਿਖਾ ਦੇਵਾਂ। ਮੈਂ ਇੱਥੇ ਗਿਣ ਕੇ ਹੀ ਵਾਲ ਪਾਉਂਦੀ ਹਾਂ, ਮੈਨੂੰ ਕਦੇ ਮਿਣ ਕੇ ਇੰਚ ਟੇਪ ਨਾਲ ਲੋੜ ਨਹੀਂ ਪਈ, ਇਹ ਇੱਕਦਮ ਪਰਫੈਕਟ ਹੁੰਦੇ ਨੇ। ਇਹ ਆਪਣਾ ਵਾਲ 6.25 ਇੰਚ 'ਤੇ ਆ ਰਿਹਾ। ਹੁਣ ਇੱਥੇ ਆਪਾਂ ਨੇ 18 ਵਾਲ ਪਾਉਣੇ ਨੇ ਅਤੇ ਬਾਕੀ ਜੋ ਕੱਪੜਾ ਆਪਣਾ ਰਹਿ ਗਿਆ ਪਿੱਛੇ ਉਹਦੇ ਨਾਲ ਸਾਰੇ ਆਪਣੇ ਇੱਦਾਂ ਵਾਲ ਪਾ ਦੇਣੇ। ਜੇ ਤੁਹਾਨੂੰ ਵੀਡੀਓ 'ਚ ਕੁਛ ਨਾ ਪਤਾ ਲੱਗਿਆ ਤਾਂ ਤੁਸੀਂ ਇੱਕ ਵਾਰੀ ਵੀਡੀਓ ਨੂੰ ਬੈਕ ਕਰਕੇ ਦੇਖ ਲਿਓ। ਮੇਰੇ ਕੋਲ ਅਮਰੀਲਾ ਮਸ਼ੀਨ ਆ, ਸੋ ਮੈਂ ਤੁਹਾਨੂੰ ਇਸਦਾ ਹਿਸਾਬ ਦੱਸ ਰਹੀ ਹਾਂ, ਤੁਸੀਂ ਆਪਣੀ ਮਸ਼ੀਨ ਅਕੋਰਡਿੰਗ ਬਖੀਆ ਸੈੱਟ ਕਰ ਲਿਓ।
ਜਿਹੜੀ ਇਹ ਸਿਲਾਈ ਹੁੰਦੀ ਆ ਇਹਨੂੰ ਬਲ ਦੇ ਅੰਦਰਲੀ ਸਾਈਡ ਦੇਣਾ ਹੁੰਦਾ, ਇਹਨੂੰ ਉੱਪਰਲੀ ਸਾਈਡ ਬਲ ਦੇ ਨਹੀਂ ਚੱਕਣਾ, ਇਹਦਾ ਬਲ ਬਣਾ ਕੇ ਨਹੀਂ ਚੱਕਣਾ ਸਿਲਾਈ ਦਾ, ਇਹਨੂੰ ਅੰਦਰਲੀ ਸਾਈਡ ਹੀ ਦੇਣਾ ਬਲ ਦੇ, ਜਾਂ ਸਿਲਾਈ ਦੇ ਅੱਗੇ ਤੋਂ ਕੱਪੜਾ ਚੱਕਣਾ ਜਾਂ ਸਿਲਾਈ ਤੋਂ ਪਿੱਛੇ ਤੋਂ ਕੱਪੜਾ ਚੱਕਣਾ, ਜਾਂ ਤੁਸੀਂ ਇੱਦਾਂ ਬਲ ਪਾ ਸਕਦੇ ਹੋ, ਜਾਂ ਫਿਰ ਤੁਸੀਂ ਬੈਲਟ ਦਾ ਸੈਂਟਰ ਕਰਕੇ ਕਿੜੀ ਵਾਲੀ ਸਾਈਡ ਵੱਲ ਨੂੰ 2.5 ਇੰਚ ਦਾ ਕੱਟ ਲਗਾ ਲਿਓ, ਉੱਥੇ ਤੱਕ ਹੀ ਤੁਹਾਡੇ ਬਲ ਆਉਣੇ ਚਾਹੀਦੇ ਨੇ। ਜੇ ਤੁਸੀਂ ਉੱਦਾਂ ਬਲ ਪਾਓਗੇ ਤਾਂ ਵੀ ਤੁਹਾਡੇ ਸਲਵਾਰ ਦੇ ਜੋ ਬਲ ਆ ਉਹ ਸੈੱਟ ਆ ਜਾਣਗੇ। ਇੱਥੇ ਇੰਨਾ ਕੁ ਕੱਪੜਾ ਛੱਡ ਦੇਣਾ, ਜਦੋਂ ਆਪਾਂ ਨੇ ਬੈਲਟ ਅਟੈਚ ਕਰਨੀ ਆ ਫਿਰ ਇੱਥੇ ਆਪਾਂ ਨੇ ਲਾਸਟ ਬਲ ਪਾਉਣਾ, ਇਹ ਮੈਂ 17 ਬਲ ਪਾ ਚੁੱਕੀ ਹਾਂ। ਹੁਣ ਆਪਾਂ ਨੇ ਬੈਲਟ ਅਟੈਚ ਕਰਨੀ, ਦੂਜੇ ਪਾਸੇ ਵੀ ਸੇਮ ਇੱਦਾਂ ਹੀ ਬਲ ਪਾ ਲਿਓ, ਇਹ ਦੋਨੇ ਪਾਸੇ ਆਪਾਂ ਨੇ ਬਲ ਪਾ ਲਏ। ਹੁਣ ਜਿਹੜੀ ਨੇਫੇ ਵਾਲੀ ਸਿਲਾਈ ਹੈ ਅਤੇ ਦੂਜੀ ਆਸਣ ਵਾਲੀ ਸਿਲਾਈ ਹੈ, ਦੋਨੋਂ ਸਿਲਾਈਆਂ ਨੂੰ ਇੱਦਾਂ ਆਪਸ ਵਿੱਚ ਮਿਲਾ ਲੈਣਾ, ਜਿਹੜਾ ਕੱਪੜਾ ਬਚ ਗਿਆ ਉਹਨੂੰ ਇੱਦਾਂ ਹੱਥ ਦੇ ਨਾਲ ਫੋਲਡ ਕਰਕੇ ਲਾਸਟ ਬਲ ਜੋ ਆਪਣਾ ਰਹਿੰਦਾ ਉਹਨੂੰ ਕੰਪਲੀਟ ਕਰ ਲੈਣਾ। ਇਹ ਸੀ ਅੱਜ ਦੀ ਆਪਣੀ ਵੀਡੀਓ, ਮੋਸਟ ਡਿਮਾਂਡਿੰਗ ਵੀਡੀਓ ਸੀਗੀ। ਮੈਨੂੰ ਇੰਸਟਾਗ੍ਰਾਮ 'ਤੇ ਅਤੇ ਯੂਟਿਊਬ 'ਤੇ ਇੱਦਾਂ ਦੇ ਕਮੈਂਟ ਆਉਂਦੇ ਸੀ ਕਿ ਸਲਵਾਰ ਦੇ ਵਿੱਚ ਬਲ ਪਾਉਣਾ ਦੱਸੋ, ਸਲਵਾਰ ਨੂੰ ਜੜਨਾ ਦੱਸੋ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬਹੁਤ ਹੀ ਸੰਖੇਪ ਦੇ ਵਿੱਚ ਸਮਝਾਇਆ ਹੈ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਲਵਾਰ ਨੂੰ ਜੜਨਾ ਅਤੇ ਇਸਦੇ ਬਲ ਪਾਉਣੇ ਆ ਗਏ ਹੋਣਗੇ। ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਮੂਰੀ ਨੂੰ ਕਿਵੇਂ ਅਟੈਚ ਕਰਨਾ, ਜਾਂ ਕਹਿ ਲਓ ਵੀ ਪੌਂਚੇ ਨੂੰ ਸਲਵਾਰ ਦੇ ਨਾਲ ਕਿਵੇਂ ਅਟੈਚ ਕਰਨਾ। ਬਲ ਪੈਣ ਤੋਂ ਬਾਅਦ ਜਿਹੜਾ ਇਹ ਸਾਈਡ ਤੋਂ ਕੱਪੜਾ ਹੈ ਸਲਵਾਰ ਦੇ, ਬਲ ਤੋਂ ਬਾਅਦ ਦਾ ਕੱਪੜਾ ਜੋ ਵੀ, ਇਹ ਦੋਨਾਂ ਦਾ ਇਹ ਇੱਕ ਬਰਾਬਰ ਆ। ਮੈਂ ਤੁਹਾਨੂੰ ਇੱਥੇ ਮਿਣ ਕੇ ਦਿਖਾ ਦਿੰਦੀ ਹਾਂ, ਇਸ ਸਾਈਡ ਵੀ 2.5 ਇੰਚ ਹੈ ਅਤੇ ਦੂਜੀ ਸਾਈਡ ਵੀ 2.5 ਇੰਚ ਆ। ਤੁਹਾਡੇ ਇਹ ਬਾਲ ਇਹਦੇ ਅੰਦਰਲੀ ਅੰਦਰਲੀ ਸਾਈਡ ਆਉਣੇ ਚਾਹੀਦੇ ਆ, ਨਹੀਂ ਫਿਰ ਸਲਵਾਰ ਘੁੰਮੂਗੀ। ਵੀਡੀਓ ਵਧੀਆ ਲੱਗੀ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਇੰਸਟਾਗ੍ਰਾਮ 'ਤੇ ਫੋਲੋ ਕਰਨਾ ਨਾ ਭੁੱਲਿਓ। ਇੱਕ ਸੋਹਣਾ ਜਿਹਾ ਕਮੈਂਟ ਕਰ ਦਿਓ।